ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਡੱਲਾ ਜੀ ਪੰਜਾਬੀ ਦੇ ਇਸ ਖਾਸ ਸ਼ੋਅ ਵਿੱਚ ਅਸੀਂ ਹਰ ਹਫਤੇ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਕਿਸੇ ਨਾ ਕਿਸੇ ਰਾਜਨੀਤਿਕ ਹਸਤੀ ਦੇ ਨਾਲ ਅੱਜ ਅਸੀਂ ਆ ਪਹੁੰਚੇ ਹਾਂ ਹਲਕਾ ਰਾਜਪੁਰਾ ਅਤੇ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਥੋਂ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਨਾਲ ਜਿਹੜੇ ਕਿ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਦੇਖਾਂਗੇ ਹਲਕੇ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਹਲਕੇ ਨੇ ਕਿਹੜੇ ਕਿਹੜੇ ਖੇਤਰਾਂ ਵਿੱਚ ਤਰੱਕੀ ਕੀਤੀ ਹੈ ਤੁਸੀਂ ਬਣੇ ਰਹੋ ਜੀ ਪੰਜਾਬੀ ਨਾਲ ਅਸੀਂ ਆ ਪਹੁੰਚੇ ਹਾਂ ਰਾਜਪੁਰੇ ਇਸ ਵਕਤ ਸਾਡੇ ਨਾਲ ਨੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਉਹਨਾਂ ਤੋਂ ਪੁੱਛਦੇ ਹਾਂ ਸਾਰਾ ਦਿਨ ਕੀ ਕੀ ਰੁਝੇਵੇਂ ਰਹਿੰਦੇ ਨੇ ਰਾਜਨੀਤੀ ਦੇ ਵਿੱਚ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਉਹ ਕੀ ਕਰਦੇ ਨੇ ਹਰਦਿਆਲ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਕਿਵੇਂ ਦਿਨ ਸ਼ੁਰੂ ਕਰਦੇ ਹੋ ਦਿਨ ਤਾਂ ਬਹੁਤ ਸਵਖਤ ਹੈ ਉੱਠੀਦਾ ਅਤੇ ਸਭ ਤੋਂ ਪਹਿਲਾਂ ਵਾਕ ਵਗੈਰਾ ਕਰੀਦੀ ਆ ਵਾਕ ਮੈਂ ਕਰਦਾ 4 ਕਿਲੋਮੀਟਰ ਤੋਂ 5 ਅਤੇ 3 ਦਿਨ ਜਿੰਮ ਲਾਈਦੇ ਆ ਫਿਟਨੈਸ ਤਾਂ ਨਜ਼ਰ ਆ ਰਹੀ ਹੈ ਅਤੇ ਇਹ ਤੋਂ ਬਾਅਦ ਆ ਕੇ ਇੱਕ ਚਾਹ ਦਾ ਕੱਪ ਲੈ ਕੇ ਨਾਲ ਹੀ ਜਿਹੜਾ ਨਿਊਜ਼ ਪੇਪਰ 7-8 ਮੈਂ ਨਿਊਜ਼ ਪੇਪਰ ਆ ਜਿਹੜੇ ਅਲੱਗ ਅਲੱਗ ਮੈਂ ਪੜ੍ਹਦਾ ਤਾਂ ਕਿ ਪੂਰਾ ਜਿਹੜਾ ਉਹ ਪਤਾ ਲੱਗ ਜਾਏ ਕਿ ਦੇਸ਼ ਦੇ ਅੰਦਰ ਕੀ ਹੈ ਸਟੇਟ ਦੇ ਅੰਦਰ ਕੀ ਹੈ ਉਹ ਤੋਂ ਬਾਅਦ ਜਿਹੜੇ ਮੇਰੇ ਕੋਈ 7 ਵਜੇ ਤੋਂ ਬਾਅਦ ਜਿਹੜੇ ਆਮ ਜਨਤਾ ਦੇ ਨਾਲ ਜਿਹੜੇ ਪਬਲਿਕ ਮੈਨੂੰ ਮਿਲਣ ਆਉਣਾ ਸ਼ੁਰੂ ਹੋ ਜਾਂਦੀ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੁਣ ਕੇ ਕੋਸ਼ਿਸ਼ ਕਰੀਦੀ ਆ ਕਿ ਕੁਛ ਨੂੰ ਮੌਕੇ 'ਤੇ ਹੱਲ ਕਰਿਆ ਜਾਵੇ ਜੀ ਉਸ ਨੂੰ ਅੱਗੇ ਲੈ ਕੇ ਜਾਇਆ ਜਾਵੇ ਐਸਾ ਜਿਹੜਾ ਹੈ ਸ਼ੁਰੂਆਤ ਦਿਨ ਦੀ ਹੁੰਦੀ ਹੈ ਇਹ ਤੋਂ ਬਾਅਦ ਜਿਹੜੇ ਸਮਾਜਿਕ ਸਾਡੇ ਕੋਈ ਪ੍ਰੋਗਰਾਮ ਆ ਜਾਂਦੇ ਆ ਕੋਈ 11-12 ਤੋਂ ਵਜੋਂ ਕਿਸੇ ਭੋਗ 'ਤੇ ਜਾਣਾ ਹੈ ਕਿਸੇ ਦੇ ਖੁਸ਼ੀ ਅਤੇ ਗਮੀ 'ਚ ਸ਼ਾਦੀ 'ਤੇ ਕਿਸੇ ਦੇ ਬੱਚੇ ਦੇ ਜਨਮ ਦਿਨ 'ਤੇ ਉਹਦੇ ਨਾਲ ਜਿਹੜਾ ਸਮਾਂ ਨਿਕਲਦਾ ਅਤੇ ਸਾਰਾ ਦਿਨ ਆਪਣੇ ਆਪ ਨੂੰ ਇੱਦਾਂ ਹੀ ਰੁਝੇਵਿਆਂ ਦੇ ਵਿੱਚ ਸ਼ਾਮਿਲ ਕਰਕੇ ਰੱਖੀਦਾ ਸੋ ਅਸੀਂ ਵੀ ਲਗਾਤਾਰ ਬਣੇ ਰਵਾਂਗੇ ਹਰਦਿਆਲ ਸਿੰਘ ਕੰਬੋਜ ਉਹਨਾਂ ਦੇ ਨਾਲ ਹਲਕਾ ਰਾਜਪੁਰਾ ਦੇਖਾਂਗੇ ਹਲਕਾ ਘੁੰਮਾਂਗੇ ਸਮੱਸਿਆਵਾਂ ਦੇਖਾਂਗੇ ਵਿਕਾਸ ਦੇ ਕੰਮ ਦੇਖਾਂਗੇ ਔਰ ਆਮ ਲੋਕਾਂ ਦੀਆਂ ਵਿਧਾਇਕ ਪ੍ਰਤੀ ਉਮੀਦਾਂ ਸੁਣਾਂਗੇ ਤੁਸੀਂ ਬਣੇ ਰਹੋ ਜੀ ਪੰਜਾਬ ਸੰਖੇਪ ਜਾਣ ਪਛਾਣ ਮਗਰੋਂ ਅਸੀਂ ਨਿਕਲ ਗਏ ਹਲਕਾ ਰਾਜਪੁਰਾ ਦੇ ਦੌਰੇ 'ਤੇ ਰਾਜਪੁਰਾ ਦੀ ਗਿਣਤੀ ਪੰਜਾਬ ਦੇ ਪ੍ਰਸਿੱਧ ਸ਼ਹਿਰਾਂ ਵਿੱਚ ਹੁੰਦੀ ਹੈ ਪਟਿਆਲਾ ਜ਼ਿਲ੍ਹੇ ਅਤੇ ਸੰਸਦੀ ਸੀਟ ਦਾ ਹਿੱਸਾ ਇਹ ਹਲਕਾ ਰਾਜਨੀਤਿਕ ਤੌਰ 'ਤੇ ਵੀ ਪੰਜਾਬ ਦੀ ਸਿਆਸਤ ਵਿੱਚ ਅਹਿਮ ਥਾਂ ਰੱਖਦਾ ਹੈ ਹਲਕੇ ਦੇ ਵੱਖ ਵੱਖ ਰੰਗ ਦੇਖਣ ਲਈ ਅਸੀਂ ਰਾਜਪੁਰਾ ਵਿੱਚ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਅੰਡਰ ਬ੍ਰਿਜ ਰੋਡ 'ਤੇ ਇਹ ਅੰਡਰ ਬ੍ਰਿਜ ਰਾਜਪੁਰੇ ਦੀ ਸਭ ਤੋਂ ਵੱਡੀ ਸਮੱਸਿਆ ਹੈ ਇਹ ਅੰਡਰ ਬ੍ਰਿਜ ਰੋਡ ਹੈ ਜੋ ਸ਼ਹਿਰ ਦੀ ਇੱਕ ਵੱਡੀ ਵਸੋਂ ਨੂੰ ਅੰਬਾਲੇ ਅਤੇ ਚੰਡੀਗੜ੍ਹ ਵਾਲੇ ਪਾਸੇ ਜਾਣ ਦਾ ਰਸਤਾ ਦਿੰਦੀ ਹੈ ਪਰ ਇਹ ਅੰਡਰ ਬ੍ਰਿਜ ਇਲਾਕਾ ਵਾਸੀਆਂ ਦੇ ਲਈ ਵੱਡੀ ਸਮੱਸਿਆ ਬਣੀ ਹੋਈ ਹੈ ਪਿਛਲੇ ਲੰਮੇ ਸਮੇਂ ਤੋਂ ਲੋਕ ਲਗਾਤਾਰ ਇਹ ਮੰਗ ਕਰਦੇ ਆ ਰਹੇ ਨੇ ਕਿ ਇਸ ਥਾਂ 'ਤੇ ਓਵਰ ਬ੍ਰਿਜ ਬਣਾਇਆ ਜਾਵੇ ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਇਸ ਪੁਲ ਦੀ ਸਹਾਰ ਨਹੀਂ ਲਈ ਹੈ ਸਰ ਜੀ ਇੱਧਰ ਜਦ ਬਾਰਿਸ਼ ਪੈਂਦੀ ਹੈ ਉੱਥੇ ਦਾ ਰਸਤਾ ਸਾਰਾ ਜਾਮ ਹੋ ਜਾਂਦਾ ਜੀ 8-8 ਫੁੱਟ ਪਾਣੀ ਖੜ ਜਾਂਦਾ ਇੱਥੇ ਦੇ ਪ੍ਰਸ਼ਾਸਨ ਹੈ ਕੁਛ ਵੀ ਨਹੀਂ ਦੇਖ ਰਿਹਾ ਕੁਛ ਵੀ ਨਹੀਂ ਕਰ ਰਿਹਾ ਸਮੱਸਿਆ ਹੱਲ ਪ੍ਰਸ਼ਾਸਨ ਜੀ ਆਉਂਦੇ ਹੈ ਬਸ ਪਾਣੀ ਦੇਖ ਕੇ ਚਲੇ ਜਾਂਦੇ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਜਿਸ ਦਿਨ ਬਾਰਿਸ਼ ਪੈ ਜਾਵੇ ਉਸ ਦਿਨ ਰਸਤਾ ਬੰਦ ਹੈ ਜਾਮ ਹੋ ਜਾਂਦਾ ਸਰਕਾਰ ਤੋਂ ਤਾਂ ਮੰਗ ਇਹੀ ਹੈ ਜੀ ਇੱਥੇ ਦੇ ਜਿਹੜਾ ਨਿਕਾਸੀ ਕੀਤੀ ਜਾਵੇ ਪਾਣੀ ਦੀ ਪਹਿਲੇ ਤਾਂ ਉਸ ਤੋਂ ਬਾਅਦ ਬਾਕੀ ਦੇਖੋ ਇਹਦੀ ਸੜਕਾਂ ਸਾਰੀ ਟੁੱਟੀਆਂ ਹੋਈਆਂ ਸਰ ਜਦ ਦਾ ਬਣਿਆ ਤਦ ਦਾ ਕੋਈ ਹੋਇਆ ਹੀ ਨਹੀਂ ਕੁਛ ਹੱਲ ਜਬ ਪਾਣੀ ਰੁਕ ਜਾਤਾ ਹੈ ਔਰ ਕੋਈ ਵੀ ਗਾੜੀ ਰਾਤ ਕੋ ਆਤੀ ਹੈ ਤੋ ਕਈ ਵਾਰ ਡੁਬਤੇ ਲੋਗੋ ਕੋ ਬਚਾਇਆ ਯਹਾਂ ਪੇ ਔਰ ਪ੍ਰਸ਼ਾਸਨ ਕੋ ਹਮਨੇ ਕਈ ਵਾਰ ਬਾਈ ਟੈਲੀਫੋਨਿਕ ਔਰ ਵੈਸੇ ਵੀ ਮੈਸੇਜ ਭੇਜਿਆ ਉਹ ਇਹਨਾਂ ਨੇ ਇੱਕ ਪੰਪ ਲਗਾਇਆ ਉਧਰ ਸਾਹਮਣੇ ਲੇਕਿਨ ਉਹ ਕਈ ਵਾਰ ਕੰਮ ਕਰਤਾ ਔਰ ਕਈ ਵਾਰ ਜਬ ਬਿਜਲੀ ਹੋਤੀ ਤੋ ਕੰਮ ਨਹੀਂ ਕਰਦਾ ਤੋ ਪਾਣੀ ਜੋ ਕਿ ਤੋ ਖੜਾ ਰਹਿਤਾ ਹੈ ਰਾਤ ਕੇ ਸਮੇਂ ਤੋ ਬਹੁਤ ਹੀ ਖਤਰਨਾਕ ਹੋ ਜਾਤਾ ਹੈ ਇਸ ਕੇ ਇਲਾਵਾ ਜੋ ਭਾਰੀ ਵਾਹਨ ਆਤਾ ਹੈ ਇਧਰ ਸੇ ਤੋ ਇਹ ਦੋ ਤਰਫ ਸੇ ਆਤੇ ਹੈ ਤੋ ਐਕਸੀਡੈਂਟ ਹੋਣੇ ਕਾ ਬਹੁਤ ਹੀ ਜ਼ਿਆਦਾ ਇਸ ਮੇਂ ਖਤਰਾ ਹੈ ਬਹੁਤ ਬਾਰ ਇਸ ਕੇ ਲਈ ਕਈ ਵਾਰ ਬੋਲਾ ਹੈ ਯਹਾਂ ਕੇ MC ਹੈ ਉਨਕੋ ਬੋਲਾ ਹੈ ਚੇਅਰਮੈਨ ਕੋ ਬੋਲਾ ਹੈ ਲੇਕਿਨ ਬਸ ਉਹ ਵਿਜਿਟ ਕਰਕੇ ਔਰ ਜੋ ਟੈਂਪਰੇਰੀ ਜੋ ਵੀ ਕਰਨਾ ਹੋਤਾ ਹੈ ਜੈਸੇ ਫਾਇਰ ਬ੍ਰਿਗੇਡ ਕੋ ਬੁਲਾ ਕੇ ਪਾਣੀ ਖਾਲੀ ਕਰਵਾ ਦਿਆ ਉਹ ਸਾਰਾ ਟੈਂਪਰੇਰੀ ਹੈ ਉਸ ਕੇ ਪਿੱਛੇ ਕੋਈ ਵੀ ਲੋਜਿਕ ਨਹੀਂ ਬਣਤਾ ਕਿ ਕੋਈ ਪਰਮਾਨੈਂਟ ਸੋਲਿਊਸ਼ਨ ਉਸ ਕਾ ਨਹੀਂ ਦੇ ਰਹੇ ਜਿਸ ਕੀ ਵਜ੍ਹਾ ਸੇ ਕਿਸੇ ਦਿਨ ਬਹੁਤ ਬੜਾ ਹਾਦਸਾ ਹੋ ਸਕਤਾ ਹੈ ਭਾਵੇਂ ਆਧੁਨਿਕ ਮਿੰਨੀ ਸਕੱਤਰੇਤ ਅਤੇ ਸੁਵਿਧਾ ਸੈਂਟਰ ਦੀਆਂ ਸ਼ਾਨਦਾਰ ਇਮਾਰਤਾਂ ਨੇ ਸ਼ਹਿਰ ਦੀ ਦਿੱਖ ਸੁਧਾਰੀ ਹੈ ਪਰ ਇਸ ਦੇ ਬਾਵਜੂਦ
ਰਾਜਪੁਰਾ ਵੱਡੀਆਂ ਸਮੱਸਿਆਵਾਂ ਨਾਲ ਭਰਿਆ ਸ਼ਹਿਰ ਬਣਿਆ ਹੋਇਆ ਹੈ। ਬਰਸਾਤੀ ਪਾਣੀ ਸ਼ਹਿਰ ਦੀ ਵੱਡੀ ਸਮੱਸਿਆ ਹੈ। ਅਸਲ ਵਿੱਚ ਸ਼ਹਿਰ ਦਾ ਪਾਣੀ ਬਾਹਰ ਕੱਢਣ ਲਈ ਪੁਰਾਣੇ ਸੂਏ ਅਤੇ ਬਰਸਾਤੀ ਨਾਲੇ ਅਹਿਮ ਭੂਮਿਕਾ ਨਿਭਾਉਂਦੇ ਸਨ, ਪਰ ਗੈਰ ਯੋਜਨਾਬੱਧ ਸ਼ਹਿਰੀਕਰਨ ਨੇ ਇਹਨਾਂ ਸੂਇਆਂ ਅਤੇ ਛੋਟੇ ਛੋਟੇ ਨਾਲਿਆਂ ਨੂੰ ਕੂੜਾ ਘਰ ਬਣਾ ਦਿੱਤਾ, ਜਿਨ੍ਹਾਂ ਦੀ ਸਫਾਈ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਸਮੱਸਿਆਵਾਂ ਰਾਜਪੁਰੇ 'ਚ ਕਾਫੀ ਤਰ੍ਹਾਂ ਦੀਆਂ ਨੇ। ਅਗਰ ਮੰਨ ਲਓ ਇੱਕ ਘੰਟੇ ਦੀ ਬਾਰਿਸ਼ ਵੀ ਆ ਜਾਂਦਾ, ਸਾਰੀ ਸੜਕਾਂ ਅਤੇ ਮੁਹੱਲਿਆਂ 'ਚ ਪਾਣੀ ਜਮ੍ਹਾਂ ਹੋ ਜਾਂਦਾ। ਕੋਈ ਮਤਲਬ ਕਿ ਸਰਕਾਰ ਦੀ ਤੋਂ ਨਿਕਾਸੀ ਦਾ ਕੋਈ ਪ੍ਰੋਗਰਾਮ ਨਹੀਂ ਹੈ। ਲਗਾਤਾਰ 8-10 ਸਾਲ ਤੋਂ ਜਿਹੜੇ ਉਹਦੇ ਵਿਧਾਇਕ ਨੇ ਹਰ ਵੇਲੇ ਇਹ ਕਹਿੰਦੇ ਰਹੇ ਨੇ ਤੁਹਾਡੀ ਸਮੱਸਿਆ ਦੂਰ ਹੋਣਗੀਆਂ, ਬਸ ਅਜੇ ਤੱਕ ਹੋਈਆਂ ਨਹੀਂ ਹੈਗੀਆਂ। ਹੁਣ ਜਦੋਂ ਸਰਕਾਰ ਚੇਂਜ ਹੋਈ ਹੈ ਤਾਂ ਕੁਝ ਉਮੀਦ ਜਾਗੀ ਹੈ, ਪਰ ਹਜੇ ਵੀ ਥੋੜ੍ਹਾ ਟਾਈਮ ਤਾਂ ਲੱਗੂਗਾ। ਸੂਇਆਂ ਦਾ ਉਰੇ ਦੇਖਿਆ ਜਾਏ ਤਾਂ ਬਹੁਤ ਬੁਰਾ ਹਾਲ ਹੈ। ਪਹਿਲੇ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਬੁਰਾ ਹਾਲ ਹੈ। ਪਹਿਲੇ ਬਹੁਤ ਵਧੀਆ ਹੁੰਦੇ ਸੀ ਤਰੀਕੇ ਨਾਲ, ਪਾਣੀ ਪੂਣੀ ਨਿਕਲ ਜਾਂਦਾ ਸੀ, ਲੇਕਿਨ ਹੁਣ ਜਦ ਤੋਂ ਇਹ ਮਤਲਬ ਕਿ ਸੂਏ ਵੀ ਬੰਦ ਹੋ ਗਏ ਨੇ, ਉਲਟਾ ਹੋਰ ਜ਼ਿਆਦਾ ਪ੍ਰੋਬਲਮ ਆ ਗਈ ਹੈਗੀ। ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੈ ਲੋਕਾਂ ਨੂੰ, ਮਤਲਬ ਕਿ 1-2 ਘੰਟੇ ਦੀ ਬਾਰਿਸ਼ ਤੋਂ ਬਾਅਦ ਐਵੇਂ ਲੱਗਦਾ ਜਿਵੇਂ ਤੈਰ ਕੇ ਜਾਣਾ ਪਏਗਾ। ਰਾਜਪੁਰਾ ਦੀ ਇੱਕ ਹੋਰ ਵੱਡੀ ਸਮੱਸਿਆ ਨੇ ਹਰ ਕਿਸੇ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ, ਉਹ ਹੈ ਰਾਜਪੁਰਾ ਜੰਕਸ਼ਨ 'ਤੇ ਪ੍ਰਮੁੱਖ ਰੇਲ ਗੱਡੀਆਂ ਦਾ ਨਾ ਰੁਕਣਾ। ਇਹ ਸ਼ਹਿਰ ਦਿੱਲੀ ਰੇਲਵੇ ਸਟੇਸ਼ਨ ਨਾਲ ਸਿੱਧਾ ਰੇਲ ਲਿੰਕ ਹੋਣ ਦੇ ਬਾਵਜੂਦ ਵੀ ਰੇਲਵੇ ਦੀ ਨਜ਼ਰਸਾਨੀ ਤੋਂ ਵਾਂਝ ਹੈ। ਸ਼ਤਾਬਦੀ, ਜੰਮੂ ਤਵੀ ਅਤੇ ਸ਼ਾਨੇ ਪੰਜਾਬ ਵਰਗੀਆਂ ਐਕਸਪ੍ਰੈਸ ਰੇਲ ਗੱਡੀਆਂ ਇੱਥੇ ਨਹੀਂ ਰੁਕਦੀਆਂ, ਜਿਸ ਕਰਕੇ ਅੰਬਾਲਾ ਤੋਂ ਅਗਲਾ ਸ਼ਹਿਰ ਹੋਣ ਦੇ ਬਾਵਜੂਦ ਵੀ ਵਪਾਰਕ ਪੱਖੋਂ ਰਾਜਪੁਰਾ ਵਿਕਸਿਤ ਨਹੀਂ ਹੋ ਸਕਿਆ। ਲੋਕ ਸਰਕਾਰਾਂ ਤੋਂ ਲਗਾਤਾਰ ਮੰਗ ਕਰ ਰਹੇ ਨੇ ਕਿ ਇੱਥੇ ਐਕਸਪ੍ਰੈਸ ਰੇਲ ਗੱਡੀਆਂ ਰੋਕੀਆਂ ਜਾਣ। ਸ਼ਹਿਰ 'ਚ ਕੁਛ ਵੀ ਇਹਨਾਂ ਨੇ ਕੋਈ ਵਿਕਾਸ ਨਹੀਂ ਕਰਾਇਆ, ਸਿਰਫ ਇੱਕ ਵਿਕਾਸ ਦਾ ਰੌਲਾ ਹੀ ਪਾਉਂਦੇ ਰਹੇ। ਇਹਨਾਂ ਨੇ ਪਿਛਲੇ ਸਾਲਾਂ 'ਚ 5 ਸਾਲਾਂ 'ਚ ਕੁਛ ਨਹੀਂ ਕੀਤਾ, ਜੋ ਵੀ ਇਹਨਾਂ ਨੇ ਕੀਤਾ ਵਾ ਆਪਣਾ ਹੀ ਕੀਤਾ। ਮਤਲਬ ਸਾਡੇ ਰਾਜਪੁਰੇ ਬਾਰੇ ਇਹਨਾਂ ਨੇ ਕੁਛ ਨਹੀਂ ਸੋਚਿਆ। ਉੱਥੇ ਸਾਨੂੰ ਇੱਕ ਇਹੋ ਜਿਹਾ MLA ਦਿੱਤਾ ਜਿਹਨੇ ਕੋਈ ਕੰਮ ਹੀ ਨਹੀਂ ਕੀਤਾ, ਠੀਕ ਹੈ, ਸਕੈਂਡਲਾਂ 'ਚ ਫਸਿਆ ਰਿਹਾ ਸਾਰੀ ਜ਼ਿੰਦਗੀ। ਮਤਲਬ ਹੁਣ ਜੇ ਕੋਈ ਸਾਫ਼ ਸੁਥਰਾ ਸਾਨੂੰ ਲੀਡਰ ਮਿਲਿਆ, ਸਾਡੇ ਕੰਬੋਜ ਸਾਹਿਬ ਜਿਹੜੇ ਸਾਡੇ ਹੁਣ MLA ਹੈ, ਇਹਨਾਂ ਨੂੰ ਹੁਣ ਮੇਰੇ ਹਿਸਾਬ ਨਾਲ ਕੁਛ ਪਾਵਰਾਂ ਹੋਣੀ ਚਾਹੀਦੀਆਂ ਵੀ ਸਾਡੇ ਸ਼ਹਿਰ ਦਾ ਵਿਕਾਸ ਕਰਾਉਣ। ਸਾਨੂੰ ਬੜੀ ਇੱਛਾਵਾਂ ਇਹਨਾਂ ਤੋਂ, ਅਤੇ ਸਾਨੂੰ ਬਹੁਤ ਆਸ਼ਾਵਾਂ ਇਹਨਾਂ ਤੋਂ ਵੀ ਇਹ ਸਾਨੂੰ ਬਹੁਤ ਕੋਈ ਵਿਕਾਸ ਕਰਕੇ ਦਿਖਾਉਣਗੇ, ਸਾਡੇ ਸ਼ਹਿਰ 'ਚ ਤਰੱਕੀ ਕਰਕੇ ਦਿਖਾਉਣਗੇ। ਅਤੇ ਬਹੁਤ ਸਮੱਸਿਆਵਾਂ ਜਿਵੇਂ ਹੁਣ ਟ੍ਰੇਨਾਂ ਬਾਰੇ, ਸਾਨੂੰ ਸਾਡੇ ਬਾਦਲ ਸਾਹਿਬ ਨੇ ਅੱਜ ਤੱਕ ਕੋਈ ਲੈਟਰ ਨਹੀਂ ਲਿਖਿਆ ਉੱਪਰ, ਜਿਹੜਾ ਹੁਣ ਸਾਡੇ ਕੰਬੋਜ ਸਾਹਿਬ ਨੇ ਉੱਪਰ ਪ੍ਰਧਾਨ ਮੰਤਰੀ ਸਾਹਿਬ ਕੋਲ ਲੈਟਰ ਭੇਜਿਆ ਹੈ ਵੀ ਇੱਥੇ ਟ੍ਰੇਨਾਂ ਰੁਕਣੀਆਂ ਚਾਹੀਦੀਆਂ ਰਾਜਪੁਰੇ 'ਚ। ਤਾਂ ਤੁਸੀਂ ਦੇਖ ਲਓ ਪਿਛਲੇ 12 ਸਾਲ ਤੋਂ ਰਾਜਪੁਰੇ ਮੇਰੇ ਖਿਆਲ ਨਾਲ ਕੋਈ ਟ੍ਰੇਨ ਨਹੀਂ ਰੁਕੀ ਜੀ, ਜੋ ਕਿ ਬਹੁਤ ਜ਼ਰੂਰੀ ਹੈ, ਜਿਵੇਂ ਮਾਲਵਾ, ਹਾਪਾ, ਕਟਿਹਾਰ, ਡੀਲਕਸ, ਹੇਮਕੁੰਡ, ਇੰਨੀ ਵਧੀਆ ਵਧੀਆ ਗੱਡੀਆਂ ਹੈ। ਜੇ ਬਾਈ ਚਾਂਸ ਕਿਤੇ ਸਾਨੂੰ ਜੰਮੂ ਜਾਣਾ ਪੈ ਜੇ ਤਾਂ ਚੈਸ ਦੀ ਗੱਡੀ ਸਾਨੂੰ ਕੋਈ ਨਹੀਂ ਮਿਲਣੀ, ਇੱਥੋਂ ਸਰਹੰਦ ਜਾਂ ਫਿਰ ਸਮਝ ਲਓ ਅੰਬਾਲੇ ਜਾਣਾ ਪੈਣਾ। ਸਾਨੂੰ ਪ੍ਰੋਬਲਮ ਇਹ ਹੈ ਜੀ, ਇੱਥੇ ਵੱਡਾ ਸਟੇਸ਼ਨ ਹੋਣ ਦੇ ਕਾਰਨ ਵੀ ਕਾਫੀ ਗੱਡੀਆਂ ਦਾ ਸਟੋਪ ਨਹੀਂ ਹੈ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਵੀ ਕਈ ਵਾਰ ਇਹ ਆਪਣਾ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇੱਥੇ ਗੱਡੀਆਂ ਦਾ ਠਹਿਰਾਅ, ਜਿਵੇਂ ਕਿ ਪੱਛਮੀ ਐਕਸਪ੍ਰੈਸ ਹੈ, ਬੰਬੇ ਟ੍ਰੇਨ ਹੈ, ਉਹਦਾ ਸਟੋਪ ਨਹੀਂ ਹੈ। ਹੋਰ ਵੀ ਕਈ ਗੱਡੀਆਂ ਹਨ ਜਿਹੜੀਆਂ ਕਿ ਰਾਜਪੁਰੇ ਸਟੇਸ਼ਨ 'ਤੇ ਨਹੀਂ ਰੁਕਦੀਆਂ। ਇੱਥੇ ਇੱਕ ਟਿਕਟ ਖਿੜਕੀ ਦੀ ਵੀ ਬੜੀ ਪ੍ਰੋਬਲਮ ਆ ਰਹੀ ਹੈ ਕਿ ਲੋਕਾਂ ਨੂੰ ਬਹੁਤ ਹੀ ਲੁੱਟ ਕਸੁੱਟ ਹੋ ਰਹੀ ਹੈ। ਇਸ ਕਰਕੇ ਮੈਂ ਬੇਨਤੀ ਕਿੰਨੀ ਵਾਰੀ ਇਹ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਰਾਜਪੁਰੇ ਸਟੇਸ਼ਨ 'ਤੇ ਗੱਡੀਆਂ ਜੋ ਮੇਨ ਗੱਡੀਆਂ ਦੂਰੋਂ ਆਉਣ ਵਾਲੀਆਂ ਉਹਨਾਂ ਦਾ ਠਹਿਰਾਵ ਤਕਰੀਬਨ ਹੈ ਨਹੀਂ ਹੈ। ਹੁਣ ਅਗਰ ਕਿਸੇ ਨੇ ਜੰਮੂ ਜਾਣਾ ਤਾਂ ਸਿਰਫ ਰਾਤ ਨੂੰ ਇਹ ਟ੍ਰੇਨ ਫੜ ਸਕਦਾ, ਦਿਨ ਦੇ ਵਿੱਚ ਇੱਕ ਵੀ ਟ੍ਰੇਨ ਦਿਨ ਦੇ ਵਿੱਚ ਹੈ ਨਹੀਂ ਹੈ। ਜੋ ਕੋਈ ਵਪਾਰੀ ਅਗਰ ਕੋਈ ਬਾਹਰੋਂ ਆਉਣਾ ਚਾਹੁੰਦਾ ਤਾਂ ਰਾਜਪੁਰੇ ਦੇ ਵਿੱਚ ਜਿਹੜੀਆਂ ਮੇਨ ਟ੍ਰੇਨ ਜਿਹੜੀ ਹੈ, ਜਾਂ ਤਾਂ ਸਰਹੰਦ ਜਾਣਾ ਪਏਗਾ ਜਾਂ ਅੰਬਾਲੇ ਕੈਂਟ ਤੋਂ ਹੀ ਗੱਡੀਆਂ ਫੜ ਸਕਦਾ। ਰਾਜਪੁਰੇ 'ਚ ਮੇਨ ਪੱਛਮ ਐਕਸਪ੍ਰੈਸ, ਬੰਬੇ ਐਕਸਪ੍ਰੈਸ ਜਾਂ ਜੰਮੂ ਤਵੀ ਦੀਆਂ ਤਕਰੀਬਨ ਮੋਸਟਲੀ ਗੱਡੀਆਂ ਰਾਜਪੁਰੇ 'ਚ ਕੋਈ ਵੀ ਸਟੋਪ ਨਹੀਂ ਹੈ ਕਿਸੇ ਵੀ ਟ੍ਰੇਨ ਦਾ। ਸਾਡੀ ਪੰਜਾਬ ਸਰਕਾਰ, ਸੈਂਟਰ ਸਰਕਾਰ ਦੇ ਅੱਗੇ ਅਪੀਲ ਹੈ ਕਿ ਮੇਨ ਗੱਡੀਆਂ ਦਾ ਜਿਹੜਾ ਇੱਥੇ ਹੈ ਰਾਜਪੁਰੇ ਸਟੋਪ ਬਣਾਇਆ ਜਾਵੇ ਅਤੇ ਵਪਾਰੀਆਂ ਨੂੰ ਅਤੇ ਆਮ ਲੋਕਾਂ ਨੂੰ ਸੁਵਿਧਾਵਾਂ ਮਿਲ ਸਕਣ। ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਫਿਲਹਾਲ ਰੁਕਾਂਗੇ ਇੱਕ ਬ੍ਰੇਕ ਦੇ ਲਈ, ਤੁਸੀਂ ਬਣੇ ਰਹੋ ਜੀ ਪੰਜਾਬੀ ਦੇ ਨਾਲ। ਇਸ ਵੇਲੇ ਅਸੀਂ ਖੜ੍ਹੇ ਹਾਂ ਰਾਜਪੁਰਾ ਤੋਂ ਬਨੂੜ ਜਾਣ ਵਾਲੇ ਰਾਜਮਾਰਗ ਦੇ ਉੱਤੇ। ਇਸ ਰਾਜਮਾਰਗ 'ਤੇ ਕਈ ਕੱਚੀਆਂ ਨਹਿਰਾਂ ਨੇ ਅਤੇ ਇਹਨਾਂ ਨਹਿਰਾਂ ਉੱਤੇ ਬਣੇ ਪੁਲ ਇਸ ਇਲਾਕੇ ਦੀ ਇੱਕ ਵੱਡੀ ਸਮੱਸਿਆ ਹੈ। ਇਹ ਪੁਲ ਵੀ ਵੱਡੀ ਸਮੱਸਿਆ ਦਾ ਕਾਰਨ ਹੈ। ਅਕਸਰ ਇਹ ਪੁਲ ਟ੍ਰੈਫਿਕ ਜਾਮ ਦਾ ਕਾਰਨ ਬਣਦਾ, ਕਈ ਹਾਦਸੇ ਵੀ ਹੁੰਦੇ ਨੇ। ਲਗਾਤਾਰ ਲੋਕਾਂ ਦੀ ਇਹੀ ਮੰਗ ਹੈ ਕਿ ਇਹਨਾਂ ਨਹਿਰਾਂ ਦੇ ਪੁਲਾਂ ਨੂੰ ਚੌੜਾ ਕੀਤਾ ਜਾਵੇ। ਇਹ ਰਾਜਮਾਰਗ ਕੁਝ ਸਾਲ ਪਹਿਲਾਂ ਉਸਾਰਿਆ ਗਿਆ ਸੀ। ਰਾਜਮਾਰਗ ਖਾਸਾ ਕਾਮਯਾਬ ਹੋਇਆ,
ਅਤੇ ਇੱਥੇ ਵੱਡੇ ਅਤੇ ਛੋਟੇ ਵਾਹਨਾਂ ਦੀ ਖਾਸੀ ਆਵਾਜਾਈ ਹੈ। ਰਾਜਮਾਰਗ ਦੀਆਂ ਨਹਿਰਾਂ ਉੱਪਰਲੇ ਪੁਲ ਹਮੇਸ਼ਾ ਹਾਦਸਿਆਂ ਦਾ ਕਾਰਨ ਬਣਦੇ ਨੇ। ਇਸ ਇਲਾਕੇ ਦੀ ਇੱਕ ਹੋਰ ਵੱਡੀ ਸਮੱਸਿਆ ਹੈ, ਉਹ ਹੈ ਟੈਂਪੂ ਯੂਨੀਅਨ ਲਈ ਯੋਗ ਸਥਾਨ ਉਪਲਬਧ ਨਾ ਹੋਣਾ। ਅਜਿਹੀ ਸੂਰਤ ਵਿੱਚ ਟੈਂਪੂ ਅਤੇ ਛੋਟੇ ਟਰੱਕ ਸੜਕ ਦੇ ਇੱਕ ਕਿਨਾਰੇ ਹੀ ਖੜ੍ਹੇ ਕੀਤੇ ਜਾਂਦੇ ਨੇ, ਜਦਕਿ ਟੈਂਪੂ ਯੂਨੀਅਨ ਵਾਲੇ ਲਗਾਤਾਰ ਇਸ ਗੱਲ ਦੀ ਮੰਗ ਕਰਦੇ ਆ ਰਹੇ ਨੇ ਕਿ ਉਹ ਜਿਹੜੀ ਸਾਡੀ ਪ੍ਰੋਬਲਮ ਹੈ, ਇੱਕ ਤਾਂ ਇਹ ਹੈ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ, ਅਸੀਂ ਕਿਰਾਏ 'ਤੇ ਰਹਿ ਰਹੇ ਹਾਂ, ਵੀ ਸਾਨੂੰ ਕੋਈ ਗੌਰਮੈਂਟ ਜਗ੍ਹਾ ਅਲਾਟ ਕਰ ਦੇਵੇ, ਚੰਗੀ ਗੱਲ ਹੈ। ਦੂਜੀ ਗੱਲ ਇਹ ਹੈ ਵੀ ਸਾਨੂੰ ਜਿਹੜੀ ਰੋਡ ਪ੍ਰੋਬਲਮ ਆ ਰਹੀ ਹੈ, ਹੁਣ ਰੋਡ ਤਾਂ ਅਸੀਂ ਬਣਾ ਰਹੇ ਹਾਂ, ਗੌਰਮੈਂਟ ਨਹੀਂ ਬਣਾਉਂਦੀ, ਕਿਉਂਕਿ ਜਿਹੜੀ ਰੋਡ ਬਣਦੀ ਉਸ 'ਤੇ ਟੂਲ ਟੈਕਸ ਲੱਗਦਾ, ਕਿਰਾਏ ਵੱਧਦੇ ਨਹੀਂ ਹੈ, ਡੀਜ਼ਲ ਉਹ ਵੱਧਦਾ ਜਾ ਰਿਹਾ, ਕਿਰਾਏ ਨਹੀਂ ਉੱਥੇ ਹੀ ਖੜ੍ਹਤੇ ਖੜ੍ਹੇ, ਸਾਡੀ ਜਿਹੜੀ ਇਨਕਮ ਹੈ ਵਧਣ ਦੀ ਬਜਾਏ ਥੱਲੇ ਨੂੰ ਆਉਂਦੀ ਜਾ ਰਹੀ ਹੈ। ਵੀ ਸਾਨੂੰ ਇਹ ਮੁਸ਼ਕਲ ਆਇਆ ਕਿ ਸਾਨੂੰ ਅਸੀਂ ਆਪਣੇ ਬੱਚੇ ਪਾਲਣੇ ਬੜੇ ਔਖੇ ਹੋ ਰਹੇ ਇਸ ਟਾਈਮ, ਜਿਹੜੀ ਪੁਜੀਸ਼ਨ ਹੈ ਸਾਡੀ ਬਈ, ਅਸੀਂ ਨਵੀਂ ਗੱਡੀ ਨਹੀਂ ਖਰੀਦ ਸਕਦੇ ਕਿਉਂਕਿ ਕੰਮ ਨਹੀਂ ਹੈਗਾ, ਕੰਮ ਹੋਏ ਤਾਂ ਅਸੀਂ ਨਵੀਂ ਗੱਡੀ ਵੀ ਖਰੀਦ ਸਕੀਏ, ਕੰਮ ਨਾ ਹੋਣ ਕਰਕੇ ਜਿਹੜੀ ਪੁਰਾਣੀ ਗੱਡੀਆਂ ਉਸ ਨੂੰ ਅਸੀਂ ਰਿਪੇਅਰ ਰਪੂਰ ਕਰਾ ਕੇ ਚਲਾ ਰਹੇ ਹਾਂ। ਸ਼ੰਭੂ ਮੈਰੀਅਲ ਦੇ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਪਹਿਲੀ ਗੱਲ ਤਾਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਹੈ, ਲਾਈਨਾਂ 'ਚ ਲੱਗਣਾ ਪੈਂਦਾ 3-3 ਘੰਟੇ ਲਾਈਨ 'ਚ ਖੜ੍ਹ ਕੇ, ਉੱਥੇ ਸਾਨੂੰ ਕੋਈ ਸੁਣਵਾਈ ਸਾਡੀਆਂ ਨਹੀਂ ਆਉਂਦੀ, ਅਸੀਂ ਖੜ੍ਹੇ ਰਹਿੰਦੇ ਹਾਂ, ਪੈਸਾ ਨਹੀਂ ਪੈਸੇ ਮੰਗਦੇ ਹਾਂ, ਜੇ ਨਹੀਂ ਕੰਮ ਕਰਦੇ ਆ ਤਾਂ ਬਾਹਰੋਂ, ਜਿੱਦਾਂ ਹੁਣ 1 ਲੱਖ ਰੁਪਏ ਦੀ ਬੋਂਡ ਹੈ, ਅੱਜ ਕੱਲ੍ਹ ਕਿਹੜਾ ਵਪਾਰੀ ਕੋਲ 1 ਲੱਖ ਤੋਂ ਜ਼ਿਆਦਾ ਬਿਲਵਾਉਂਦਾ ਜੀ, ਉਹ ਕਹਿੰਦੇ ਬਾਹਰੋਂ ਭਰਾ ਕੇ ਲਿਆ, ਬਾਹਰੋਂ ਉਹਨਾਂ ਕੋਲ ਉਹ ਨਹੀਂ ਹੁੰਦਾ, ਕਿੱਥੋਂ ਭਰਾ ਕੇ ਲਈਏ ਅਸੀਂ। ਦਿੱਕਤ ਬਹੁਤ ਹੈ ਜੀ, ਰਾਤ ਦੇ ਟਾਈਮ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਜੀ, ਜਾਮ ਇੱਥੋਂ ਤੱਕ ਕਿ ਹਰਿਆਣਾ ਵਿੱਚ ਵੜ ਜਾਂਦਾ ਜਾਮ, ਅਤੇ ਉਹ ਤੋਂ ਬਾਵਜੂਦ ਜਦੋਂ ਅਸੀਂ ਆਉਂਦੇ ਹਾਂ ਅੱਗੇ ਜੋ ਪੁਲਿਸ ਵਾਲੇ ਬੈਠੇ ਹਾਂ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ, ਕੋਈ ਜਾਮ ਨਹੀਂ ਖੋਲ੍ਹਦੇ, ਜਿੰਨੀ ਭੀੜ ਹੋਊਗੀ ਉਨਾ ਟਾਈਮ ਵੱਧ ਲੱਗਦਾ ਜੀ, ਅਤੇ ਕਿਸੇ ਬੰਦੇ ਕੋਲ ਅਮਾਊਂਟ ਲੈ ਕੇ ਆਉਂਦਾ ਨਾਲ, ਉਹਦਾ ਆਪਣੀ ਗੱਡੀ ਲੈ ਕੇ ਚਲਾ ਜਾਂਦਾ, ਜਿਹਦੇ ਕੋਲ ਅਮਾਊਂਟ ਨਹੀਂ ਹੈਗੀ ਅਤੇ ਉਹਨੂੰ ਬਹੁਤ ਟਾਈਮ ਉੱਥੇ ਵੇਸਟ ਕਰਨਾ ਪੈਂਦਾ। ਹਲਕੇ ਦੇ ਰਾਜਨੀਤਿਕ ਮਾਹੌਲ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਹਰਦਿਆਲ ਸਿੰਘ ਕੰਬੋਜ ਇੱਥੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਪਹੁੰਚੇ ਨੇ। 30,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਹਨਾਂ ਭਾਜਪਾ ਦੇ ਸੀਨੀਅਰ ਆਗੂ ਰਾਜਕੁਮਾਰ ਖੁਰਾਣਾ ਨੂੰ ਹਰਾਇਆ। ਰਾਜਕੁਮਾਰ ਖੁਰਾਣਾ ਪਹਿਲਾਂ ਕਾਂਗਰਸ ਵਿੱਚ ਸਨ, ਪਰ ਭਾਜਪਾ ਵਿੱਚ ਜਾਣ ਮਗਰੋਂ ਉਹਨਾਂ ਨੂੰ 1997 ਵਿੱਚ ਵਿਧਾਨ ਸਭਾ ਟਿਕਟ ਦਿੱਤੀ ਗਈ ਸੀ, ਜਦੋਂ ਉਹ ਜਿੱਤ ਵੀ ਗਏ ਸਨ। ਉਧਰ ਕਿਸੇ ਸਮੇਂ ਬਸਪਾ ਛੱਡ ਕੇ ਕਾਂਗਰਸ ਵਿੱਚ ਆਏ ਹਰਦਿਆਲ ਸਿੰਘ ਕੰਬੋਜ ਪਿਛਲੇ 1.5 ਦਹਾਕੇ ਤੋਂ ਕਾਂਗਰਸ ਦੀ ਪ੍ਰਧਾਨਗੀ ਕਰਦੇ ਆ ਰਹੇ ਨੇ। ਇਸ ਤੋਂ ਪਹਿਲਾਂ ਭਾਜਪਾ ਦੇ ਬਲਰਾਮ ਜੀ ਦਾਸ ਟੰਡਨ ਰਾਜਪੁਰਾ ਤੋਂ ਮੰਤਰੀ ਵੀ ਰਹੇ ਨੇ। ਅਜਿਹੇ ਵਿੱਚ ਹੁਣ ਹਲਕੇ ਦੇ ਵਿਕਾਸ ਦੀਆਂ ਸਾਰੀਆਂ ਉਮੀਦਾਂ ਮੌਜੂਦਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਅਟਕੀਆਂ ਨੇ। ਫਿਲਹਾਲ ਇੱਕ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਨਾਲ ਇੱਥੋਂ ਦੀਆਂ ਸਮੱਸਿਆਵਾਂ ਉੱਪਰ, ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੱਲ ਹੈ ਉਹਨਾਂ ਕੋਲ ਇਹਨਾਂ ਸਮੱਸਿਆਵਾਂ ਦਾ। ਤੁਸੀਂ ਬਣੇ ਰਹੋ ਜੀ ਪੰਜਾਬੀ ਨਾਲ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ, ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਰਿੰਦਰ ਢੱਲਾ। ਬ੍ਰੇਕ ਤੋਂ ਬਾਅਦ ਵੀ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਤੁਹਾਡਾ ਸਾਰਾ ਹਲਕਾ ਅਸੀਂ ਦੇਖਿਆ ਜੀ, ਸਮੱਸਿਆਵਾਂ ਦੇਖੀਆਂ, ਚੁਣੌਤੀਆਂ ਦੇਖੀਆਂ, ਕਿਹੜੀਆਂ ਕਿਹੜੀਆਂ ਤੁਹਾਡੇ ਅੱਗੇ? ਰਾਜਪੁਰਾ ਨੂੰ ਲੈ ਕੇ ਇੱਥੋਂ ਦੇ ਵਿਧਾਇਕ ਕੋਲ ਕੀ ਯੋਜਨਾਵਾਂ ਨੇ? ਬਹੁਤ ਯੋਜਨਾਵਾਂ ਨੇ। ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਹੈ ਰਾਜਪੁਰਾ ਜਿਹੜਾ ਗੇਟਵੇ ਆਫ ਪੰਜਾਬ ਆ, ਪਿਛਲੇ ਸਮੇਂ ਦੌਰਾਨ ਉਰੇ ਕੋਈ ਬਹੁਤਾ ਵੱਡਾ ਵਿਕਾਸ ਨਹੀਂ ਹੋਇਆ। ਸਭ ਤੋਂ ਵੱਡੀ ਤਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਇਸ ਸ਼ਹਿਰ ਦੇ ਅੰਦਰ, ਕਿਉਂਕਿ BML ਤੋਂ ਪਾਣੀ ਚੱਕ ਕੇ ਸ਼ਹਿਰ ਨਿਵਾਸੀਆਂ ਨੂੰ ਦਿਆ ਜਾਂਦਾ ਜੀ, ਜਿਹੜੀ ਉਹ ਲੈਣ ਤੋਂ ਸਪਲਾਈ ਸੀ ਉਹ ਸਾਰੀ ਡੈਮੇਜ ਹੋਈ ਹੋਈ ਆ। ਉਹਦਾ ਹੈ ਇਲਾਕੇ ਦੇ ਅੰਦਰ ਸੜਕਾਂ ਦਾ ਹੈ, ਉਹ ਤੋਂ ਇਲਾਵਾ ਇੱਥੋਂ ਇੰਡਸਟਰੀ ਲੈ ਕੇ ਆਉਣ ਦਾ ਹੈ, ਹੋਰ ਬਹੁਤ ਜਿਹੜੀਆਂ ਯੋਜਨਾਵਾਂ ਨੇ ਜਿਹੜੀਆਂ ਇਸ ਸ਼ਹਿਰ ਦੇ ਅੰਦਰ ਜਿਹੜੀਆਂ ਕਰਨ ਵਾਲੀਆਂ ਨੇ। ਸ਼ੰਭੂ ਬੈਰੀਅਰ ਕਰਕੇ ਬਹੁਤ ਮਸ਼ਹੂਰ ਹੈ ਜੀ ਰਾਜਪੁਰਾ, ਕਿਉਂਕਿ ਅਕਸਰ ਸ਼ੰਭੂ ਬੈਰੀਅਰ ਲੋਕਾਂ ਨੂੰ ਪਾਰ ਕਰਨਾ ਪੈਂਦਾ। ਹੋਰ ਰਾਜਪੁਰਾ ਦੀ ਖਾਸੀਅਤ ਕੀ ਹੈ ਆਉਣ ਵਾਲੇ ਸਮੇਂ 'ਚ, ਜਿਹੜੀ ਤੁਹਾਨੂੰ ਲੱਗਦੀ ਹੈ ਕਿ ਵੱਖਰੀ ਪਛਾਣ ਇੱਥੇ ਦੇ ਸਕਦੀ ਹੈ ਰਾਜਪੁਰਾ? ਰਾਜਪੁਰਾ ਦੇ ਅੰਦਰ ਐਜੂਕੇਸ਼ਨ ਦਾ ਜਿਹੜਾ ਹੱਬ ਆ ਉਹ ਬਣਨਾ ਜਾ ਰਿਹਾ, ਕਿਉਂਕਿ ਇਹ ਅੰਬਾਲਾ ਅਤੇ ਚੰਡੀਗੜ੍ਹ ਪਟਿਆਲਾ ਦੇ ਮਤਲਬ ਕਿ ਨੇੜੇ ਆ, ਇਹ ਸ਼ਹਿਰ ਪ੍ਰੈਫਰ ਕਰਦੇ ਹੈਗੇ ਆ ਇੱਥੇ ਜਿਹੜੇ ਕਿ ਬਾਹਰੋਂ ਵੀ ਆਉਣ, ਅਤੇ ਜਿਹੜਾ ਸਟੂਡੈਂਟ, ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਵੇਂ ਇੱਥੇ ਸਤਾਰਾ ਯੂਨੀਵਰਸਿਟੀ ਬਣੀ ਹੈ ਅਤੇ ਹੋਰ ਜਿਹੜੇ ਕਾਲਜਿਸ ਬੜੇ ਅੱਛੇ ਆਏ ਹੈ, ਅਤੇ ਆਉਣ ਵਾਲੇ ਸਮੇਂ ਜਿਹੜਾ ਹੈ ਐਜੂਕੇਸ਼ਨ ਦਾ ਇੱਕ ਵੱਡਾ ਵਧੀਆ ਹੱਬ ਬਣ ਸਕਦਾ। ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਹਾ ਪਟਿਆਲੇ ਦੇ ਵਿੱਚ ਜੀ ਬਹੁਤ ਸਮਾਂ, ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਕੇਂਦਰ ਦੇ ਵਿੱਚ ਵਜ਼ੀਰ ਨੇ, ਇਹਨਾਂ ਦੋਹਾਂ ਵੱਡੇ ਲੀਡਰਾਂ ਤੋਂ ਕੀ ਪ੍ਰਾਪਤੀ ਹੋਈ ਆ? ਤੁਸੀਂ 15 ਸਾਲ ਤੋਂ ਕਾਂਗਰਸ ਦੇ ਪ੍ਰਧਾਨ ਵੀ ਹੋ ਔਰ ਵਿਧਾਇਕ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਬਹੁਤ ਵੱਡੇ ਜਿਹੜੇ ਕੰਮ ਜਿਹੜੇ ਹੋਏ ਆ ਉਹ ਪੂਰੇ ਜ਼ਿਲ੍ਹੇ ਦੇ ਅੰਦਰ ਹੀ ਹੋਏ ਆ,
ਅਤੇ ਇੱਥੇ ਰਾਜਪੁਰਾ ਦੇ ਅੰਦਰ ਵੀ ਹੋਏ ਆ। ਬਨੂੜ ਜਿਹੜਾ ਪਾਰਟ ਆਫ ਦਾ ਰਾਜਪੁਰਾ ਹਲਕਾ ਹੈ, ਉੱਥੇ ਤਾਂ ਜਿਹੜੀਆਂ ਅਸੀਂ ਲਾਲੜੂ ਨੂੰ ਜਿਹੜੀ ਸੜਕ ਕੱਢੀ ਹੈਗੀ ਆ ਉਹਦਾ ਬੜਾ ਜਨਤਾ ਨੂੰ ਜਿਹੜਾ ਫਾਇਦਾ ਹੋਇਆ। ਅਤੇ ਇੱਦਾਂ ਹੀ ਪਿੰਡਾਂ ਦੇ ਵਿੱਚ ਵੀ ਜਿਹੜੇ ਬਹੁਤ ਵੱਡੇ ਮਤਲਬ ਕਿ ਜਿਹੜੇ ਪ੍ਰੋਜੈਕਟ ਜਿਹੜੇ ਉਹ ਲੈ ਕੇ ਆਉਂਦੇ ਆ, ਅਤੇ ਉਸ ਵਕਤ ਬਹੁਤ ਜ਼ਿਆਦਾ ਹੋਇਆ, ਪਰ ਬਾਅਦ ਦੇ ਵਿੱਚ ਜਿਹੜੀ ਇੱਕ ਰੁਕਾਵਟ ਆਈ ਆ ਉਹ ਰੁਕਾਵਟ ਕਰਕੇ ਜਿਹੜਾ ਇੱਥੇ ਡਿਵੈਲਪਮੈਂਟ ਨਹੀਂ ਹੋ ਸਕੀ। ਤਾਂ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜਾ ਇਸ ਇਲਾਕੇ ਨੂੰ ਵਿਕਸਿਤ ਕੀਤਾ ਜਾਏ। ਪਰ ਕਹਿੰਦੇ ਜੀ ਇੱਥੇ ਮੇਅਰ ਸਾਹਿਬ ਕੋਹਲੀ ਸਾਹਿਬ ਜਿਹੜੇ ਪਟਿਆਲੇ ਦੇ ਆ ਉਹਨਾਂ ਨੇ ਵੀ ਬਹੁਤ ਕੰਮ ਕੀਤਾ, ਅਤੇ ਰਾਜਪੁਰਾ ਦੇ ਵਿੱਚ ਵੀ ਸਰਕਾਰ ਦਾ ਬਹੁਤ ਫੋਕਸ ਰਿਹਾ। ਰਾਜ ਖੁਰਾਣਾ ਤਾਂ ਖੁਦ ਸੰਸਦੀ ਸਕੱਤਰ ਰਹੇ ਨੇ ਪਿਛਲੀ ਸਰਕਾਰ ਦੇ ਵਿੱਚ, ਉਹ ਤਾਂ ਦਾਅਵੇ ਵੱਡੇ ਕਰ ਰਹੇ ਨੇ ਅਕਾਲੀ ਔਰ ਬੀਜੇਪੀ ਵਾਲੇ ਕਿ ਅਸੀਂ ਰਾਜਪੁਰਾ 'ਚ ਰਿਕਾਰਡ ਤੋੜ ਕੰਮ ਕੀਤਾ। ਮੈਨੂੰ ਕੋਈ ਕੰਮ ਤਾਂ ਨਹੀਂ ਲੱਗਦਾ ਹੈਗਾ, ਹਾਂ ਉਰੇ ਬੁਰੇ ਕੰਮ ਜਿਹੜੇ ਜ਼ਰੂਰ ਕੀਤੇ ਆ, ਕੋਈ ਸੱਟਾ ਚਲਾਇਆ ਹੋਵੇ, ਦੜਾ ਉਰੇ ਬੜੇ ਸਮੈਕ ਬਕਾਈ ਹੋਵੇ, ਜਾਂ ਇੱਥੇ ਨਜਾਇਜ਼ ਕਬਜ਼ੇ ਕੀਤੇ ਹੋਣ, ਜਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਵੇ। ਸੱਟਾ ਤੁਸੀਂ ਵਿਧਾਨ ਸਭਾ 'ਚ ਵੀ ਲੈ ਕੇ ਗਏ ਸੀ ਇਹ ਮੁੱਦਾ? ਮੈਂ ਵਿਧਾਨ ਸਭਾ 'ਚ ਲੈ ਕੇ ਗਿਆ, ਔਰ ਉਹ ਤੋਂ ਬਾਅਦ ਜਿਹੜਾ ਹੈਗਾ ਉਰੇ ਬੜੀ ਠੀਕ ਮਤਲਬ ਕਿ ਜਿਹੜਾ ਚੱਲ ਰਿਹਾ ਕੰਮ, ਅਤੇ ਰੁਕਾਵਟ ਆਈ ਹੈ ਅਤੇ ਰੋਕਿਆ ਗਿਆ, ਅਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਸ਼ਹਿਰ ਦੇ ਅੰਦਰ 2-4% ਨੂੰ ਛੱਡ ਕੇ ਸ਼ਾਇਦ ਬਾਕੀ ਤਾਂ ਠੀਕ ਹੈਗਾ ਕੰਮ। ਵਿਧਾਨ ਸਭਾ ਦੇ ਵਿੱਚ ਕੋਈ ਰਾਜਪੁਰੇ ਨੂੰ ਲੈ ਕੇ ਤੁਸੀਂ ਮੁੱਦਾ ਚੱਕਿਆ ਹੋਵੇ ਜੀ? ਕਿਉਂਕਿ ਅਕਸਰ ਲੋਕ ਅੱਜ ਕੱਲ੍ਹ ਇਹ ਕਹਿੰਦੇ ਨੇ ਕਿ ਸਾਡੇ ਨੁਮਾਇੰਦੇ ਨੇ ਜਿਹੜੇ ਪੂਰੀ ਸ਼ਿੱਦਤ ਨਾਲ ਮੁੱਦਿਆਂ ਨੂੰ ਲੈ ਕੇ ਨਹੀਂ। ਇਹ ਵਿਧਾਨ ਸਭਾ ਦਾ ਸਾਡੇ ਲਈ ਪਹਿਲਾ ਸੈਸ਼ਨ ਸੀ, ਮੈਂ 14 ਜਿਹੜੇ ਮੁੱਦੇ ਉਹ ਉਠਾਏ ਆ, ਜਿਹੜਾ ਰਿਕਾਰਡ ਹੈਗਾ, ਚਾਹੇ ਉਹ ਸੜਕਾਂ ਦਾ ਹੋਣ, ਚਾਹੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ, ਚਾਹੇ ਉਰੇ ਜਿਹੜੀਆਂ ਬੁਰਾਈਆਂ ਪਿਛਲੇ ਸਮੇਂ ਦੌਰਾਨ ਪੈਦਾ ਕੀਤੀਆਂ ਉਹਨਾਂ ਦੇ ਖਿਲਾਫ਼ ਗੱਲਾਂ ਹੋਣ, 14 ਜਿਹੜੇ ਮੁੱਦਿਆਂ ਨੂੰ ਲੈ ਕੇ ਮਤਲਬ ਮੈਂ ਵਿਧਾਨ ਸਭਾ ਦੇ ਅੰਦਰ ਬੋਲਿਆ, ਔਰ ਉਹ ਕਾਰਵਾਈ ਜਿਹੜੀ ਹੈਗੀ ਆ ਸ਼ੁਰੂ ਆ। ਕੁਛ ਨਿੱਜੀ ਜ਼ਿੰਦਗੀ ਦੀਆਂ ਗੱਲਾਂ 'ਤੇ ਆਊਂਗਾ ਜੀ। ਸਿਆਸੀ ਗੁਰੂ ਕੌਣ ਹੈ ਹਰਦਿਆਲ ਸਿੰਘ ਕੰਬੋਜ ਦਾ? 15 ਸਾਲ ਤੋਂ ਕਾਂਗਰਸ ਦੇ ਪ੍ਰਧਾਨ ਬਣੇ ਹੋਏ ਹੋ, ਰਾਜਪੁਰੇ ਨੂੰ ਸਾਂਭਿਆ? ਦੇਖੋ, ਮੈਂ ਰਾਜਨੀਤੀ ਜਿਹੜੀ ਹੈਗੀ ਆ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀ ਹੈ। ਮੈਂ ਬਤੌਰ ਸਟੂਡੈਂਟ ਯੂਨੀਅਨ ਖਾਲਸਾ ਕਾਲਜ ਦਾ ਪ੍ਰੈਜੀਡੈਂਟ ਰਿਹਾ, ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਕਸ਼ਨ ਕਮੇਟੀ ਅਸੀਂ ਬਣਾਈ ਸੀ, ਉਹਦਾ ਕਨਵੀਨਰ ਸੀ, ਜਿਨ੍ਹਾਂ ਨੇ ਬੱਸ ਕਿਰਾਇਆਂ ਦਾ ਅਸੀਂ ਘੋਲ ਸੀ ਪੰਜਾਬ ਦੇ ਅੰਦਰ ਲੜਿਆ, ਜਿਹਦੇ ਅੱਜ ਬੱਚੇ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਦੇ ਆ ਪਾਸਿਸ ਬਣਾ ਕੇ, ਉਹ ਸਾਰੀ ਸਾਡੀ ਐਜੂਟੇਸ਼ਨ ਸੀ ਜਿਹੜੀ ਲੜੀ ਗਈ। ਉਹ ਤੋਂ ਬਾਅਦ ਵਾ ਮੈਂ ਵੱਖ ਵੱਖ ਫਰੰਟਾਂ 'ਤੇ ਕੰਮ ਕੀਤਾ, ਅਤੇ 1997 'ਚ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ, ਅਤੇ 1998'ਚ ਮਹਾਰਾਜਾ ਅਮਰਿੰਦਰ ਸਿੰਘ ਹੁਣੀ ਆਏ, ਉਹਨਾਂ ਦੇ ਨਾਲ ਅਸੀਂ ਜੁੜੇ। ਕੈਪਟਨ ਅਮਰਿੰਦਰ ਕਰਕੇ ਤੁਸੀਂ ਆਏ, ਕਿਉਂਕਿ ਪਹਿਲਾਂ ਤਾਂ ਪਤਾ ਲੱਗਿਆ ਵੀ ਬਹੁਤ ਨਾਰਾਜ਼ ਰਹਿੰਦੇ ਸੀ ਤੁਸੀਂ ਕਾਂਗਰਸ? ਨਹੀਂ, ਮੈਂ ਪਹਿਲਾਂ ਆ ਗਿਆ ਸੀ ਇਹਨਾਂ ਤੋਂ 6 ਮਹੀਨੇ, ਇਹ ਮੇਰੇ ਤੋਂ ਬਾਅਦ ਆਏ ਸੀ ਜੀ। ਅਤੇ ਕਿੰਨਾ ਕੁ ਬਦਲਾਅ ਦੇਖਿਆ ਜੀ ਤੁਸੀਂ ਬਸਪਾ 'ਚ ਰਹੇ ਹੋ ਲੰਮਾ ਸਮਾਂ? ਬਹੁਤ ਬਦਲਾਅ ਵੀ ਕਾਂਗਰਸ ਵਿੱਚ? ਦੇਖੋ, ਕਾਂਗਰਸ ਪਾਰਟੀ ਬਹੁਤ ਵੱਡੀ ਪਾਰਟੀ ਹੈ, ਸੈਕੂਲਰ ਪਾਰਟੀ ਹੈ। ਜੇ ਵਾਕਿਆ ਤੁਸੀਂ ਤੁਹਾਡੇ ਮਨ 'ਚ ਆ ਕਿ ਤੁਸੀਂ ਰਾਜਨੀਤੀ ਕਰਨੀ ਆ, ਜਾਂ ਆਪਣੇ ਮਨ ਦੇ ਅੰਦਰ ਕੋਈ ਸੇਵਾ ਦੀ ਭਾਵਨਾ, ਤਾਂ ਕਾਂਗਰਸ ਤੋਂ ਵਧੀਆ ਪਾਰਟੀ ਨਹੀਂ ਕੋਈ ਹੋ ਸਕਦੀ, ਤਾਂ ਕਾਂਗਰਸ 'ਚ ਇਸ ਕਰਕੇ ਮੈਂ ਸ਼ਾਮਿਲ ਹੋਇਆ ਸੀ। ਮੈਨੂੰ ਹਾਲਾਂਕਿ ਉਦੋਂ ਬਹੁਤ ਕਿਹਾ ਗਿਆ ਸੀਗਾ ਕਿ ਤੁਸੀਂ ਹੋਰ ਕਿਸੇ ਰਾਜਨੀਤਿਕ ਪਾਰਟੀ 'ਚ ਸ਼ਾਮਿਲ ਹੋ, ਪਰ ਮੈਂ ਜਿਹੜੀ ਪ੍ਰੈਫਰੈਂਸ ਉਹ ਕਾਂਗਰਸ ਪਾਰਟੀ ਦੀ। ਇੱਕ ਵਾਰ ਤੁਸੀਂ ਹਾਰ ਗਏ ਸੀ, ਦੂਸਰੀ ਵਾਰ ਤੁਸੀਂ ਜਿੱਤੇ, ਔਰ ਤੁਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤੇ, 30-32 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਤੁਸੀਂ ਰਾਜ ਖੁਰਾਣਾ ਨੂੰ ਉਠਾਇਆ। ਇਹਦੇ ਪਿੱਛੇ ਵੀ ਯੋਗਦਾਨ ਸੀ ਕਿ ਰਾਜ ਖੁਰਾਣਾ ਹੁਣੀ ਕੇਸ ਚੁਲਦ ਗਏ, CBI ਦਾ ਮਾਮਲਾ ਬਣ ਗਿਆ ਉਹਨਾਂ? ਦੇਖੋ, ਰਾਜ ਖੁਰਾਣਾ ਬੇਸਿਕਲੀ ਉਹਨਾਂ ਨੇ ਹਮੇਸ਼ਾ ਉਹਦੇ ਭ੍ਰਿਸ਼ਟਾਚਾਰ ਹੀ ਪੈਦਾ ਕੀਤਾ, ਉਹ ਕੋਈ ਪਹਿਲਾਂ ਨਹੀਂ ਹੋਇਆ, ਅਤੇ ਇਹ ਕਈ ਵਾਰੀ ਕਿਸੇ ਦੇ ਅੰਦਰ ਜਰਮ 'ਚ ਹੁੰਦੇ ਆ। ਉਹ ਪਹਿਲਾਂ ਵੀ ਉਹਨਾਂ 'ਤੇ 2-3 ਕੇਸਿਸ ਚੱਲਦੇ ਸੀਗੇ ਕਰਪਸ਼ਨ ਦੇ। ਖਾਦ ਦਾ ਇੱਕ ਬੜਾ ਵੱਡਾ ਸਕੈਮ ਹੋਇਆ, ਚਾਹੇ ਦੈਟ ਟਾਈਮ ਹੀ ਵਾਜ ਇਨ ਦਾ ਕਾਂਗਰਸ ਪਾਰਟੀ, ਪਰ ਉਦੋਂ ਵੀ ਉਹਨਾਂ ਨੇ ਜਿਹੜਾ ਹੈਗਾ ਖਾਦ ਲੜਾਈ ਕਾਂਗਰਸ ਵਾਲੇ ਨਾਲ ਸੀ, ਇੱਕ ਪੁਰਾਣੇ ਕਾਂਗਰਸ ਵਾਲੇ ਨਾਲ ਹੀ ਤੁਹਾਡੀ ਲੜਾਈ ਸੀ? ਮੈਂ ਕਹਿ ਸਕਦਾ ਮੇਰੀ ਕਿਸੇ ਨਾਲ ਨਹੀਂ ਸੀ, ਮੇਰੀ ਕਰਪਸ਼ਨ ਦੇ ਖਿਲਾਫ਼ ਲੜਾਈ ਸੀ, ਲੋਕਾਂ ਵਾਸਤੇ ਲੜਾਈ ਸੀ। ਚਲੋ, ਤੁਸੀਂ ਜਿੱਤ ਗਏ, ਨਿੱਜੀ ਜ਼ਿੰਦਗੀ 'ਤੇ ਉਹਨਾਂ ਦੀ ਕੀ ਸ਼ੌਂਕ ਹੈ ਹਰਦਿਆਲ ਸਿੰਘ ਕੰਬੋਜ ਉਹਨਾਂ ਦੀ ਰਾਜਨੀਤੀ ਤੋਂ ਇਲਾਵਾ? ਮੇਰਾ ਜ਼ਿਆਦਾਤਰ ਮੈਂ ਜਿਹੜਾ ਹੈਗਾ ਨਿੱਜੀ ਇਹ ਹੈਗਾ, ਮੈਂ ਪੇਂਡੂ ਖੇਡਾਂ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦਾ, ਕਿਉਂਕਿ ਇਹਦੇ ਨਾਲ ਜਿਵੇਂ ਕਬੱਡੀ ਦਾ ਹੋਇਆ, ਰੈਸਲਿੰਗ ਦਾ ਹੋਇਆ, ਰੱਸਾ ਕਸ਼ੀ ਦਾ, ਫਿਰ ਤਾਂ ਤੁਸੀਂ ਸੁਖਵੀਰ ਹੋਣਾ ਦੇ ਉਪਰਾਲੇ ਦੀ ਵੀ ਪ੍ਰਸ਼ੰਸਾ ਕਰੋਗੇ ਕਬੱਡੀ ਦੀ? ਹਾਕੀ ਦੇ ਮੈਂ ਇੱਥੇ ਕੀਤੇ ਆ, ਆਪਣਾ 2 ਟੂਰਨਾਮੈਂਟ ਅਸੀਂ ਰਾਜਪੁਰਾ 'ਚ ਅਤੇ ਬਨੂੜ 'ਚ ਅਸੀਂ ਕਰਾਏ ਸੀ ਹਾਕੀ ਦੇ ਟੂਰਨਾਮੈਂਟ, ਅਤੇ ਤਾਂ ਕਿ ਇਹਦੇ ਵਿੱਚ ਇੱਕ ਮੈਸੇਜ ਦੇਣਾ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਨੂੰ ਤਾਂ, ਜੇ ਸਿਹਤ ਆ ਤਾਂ ਹੀ ਸਾਰਾ ਕੁਛ ਹੈ। ਹੋਰ ਕੋਈ ਸ਼ੌਂਕ ਜੀ? ਨਾਲ ਮੈਂ ਕਬੱਡੀ ਦਾ ਸਵਾਲ ਕਰ ਲਾਂ, ਸਿਆਸਤ ਤੋਂ ਬਾਹਰ ਆ ਕੇ ਸੁਖਵੀਰ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਰਾਜਨੀਤਿਕ ਤੌਰ 'ਤੇ ਵਿਰੋਧ ਕਰਦੇ? ਦੇਖੋ, ਗੱਲ ਇਹ ਹੈਗੀ ਹੈ, ਸੁਖਵੀਰ ਉਹਨਾਂ ਨੇ ਪਬਲਿਸਿਟੀ ਜਿਹੜੀ ਹੈਗੀ ਹੈ ਲੈਣ ਦੇ ਲਈ ਕਬੱਡੀ ਖੇਡੀ, ਅਤੇ ਸਹੀ ਮਿਹਨਤ 'ਚ ਜੇ ਉਹ ਕਬੱਡੀ ਨੂੰ ਵਿਕਸਿਤ ਕਰਨਾ ਚਾਹੁੰਦੇ ਆ, ਉਹ ਪਿੰਡਾਂ ਦੇ ਅੰਦਰ ਜਾਣ ਜਿੱਥੇ ਆਮ ਪਿੰਡਾਂ ਦੇ ਅੰਦਰ ਮਤਲਬ ਕਿ ਖਿਡਾਰੀ ਪੈਦਾ ਕਰਨ। ਇਹ ਨਹੀਂ ਹੈ ਕਿ ਬਾਹਰੋਂ ਗੋਰਿਆਂ ਨੂੰ ਲਿਆ ਕੇ ਉਰੇ ਕਬੱਡੀ ਨੂੰ ਅਸੀਂ ਮਤਲਬ ਕਿ ਪ੍ਰਫੁੱਲਿਤ ਕਰ ਲਾਂਗੇ, ਇਹਦੇ ਨਾਲ ਕੋਈ ਬਹੁਤਾ ਫਾਇਦਾ।
ਸੋ ਅਜਿਹਾ ਬਦਲਾਅ ਰਾਜਨੀਤੀ 'ਚ ਵੀ ਉਮੀਦ ਕਰਦੇ ਹਾਂ ਕਿ ਲੋਕ ਬਹੁਤ ਚੰਗੀ ਤਰ੍ਹਾਂ ਨਾਲ ਆਮ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਨ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਡਿਲਾਈਟ। ਸੋ ਇਹ ਸਨ ਹਰਦਿਆਲ ਸਿੰਘ ਕੰਬੋਜ, ਰਾਜਨੀਤਿਕ ਤੌਰ 'ਤੇ ਆਪਣੀ ਇੱਛਾ ਸ਼ਕਤੀ ਦੱਸੀ ਹੈ, ਵਿਧਾਨ ਸਭਾ ਦੇ ਵਿੱਚ 14 ਸਵਾਲ ਲੈ ਕੇ ਗਏ ਨੇ ਰਾਜਪੁਰੇ, ਹਲਕੇ ਦੇ ਨਾਲ ਜੁੜੇ ਹੋਏ ਸਿੱਧੇ ਸਿੱਧੇ ਲੋਕਾਂ ਨਾਲ ਜੁੜੇ ਹੋਏ ਲੀਡਰ ਨੇ ਔਰ ਲੋਕਾਂ ਦੀ ਗੱਲ ਪੂਰੀ ਕਰਨ ਦਾ ਦਾਅਵਾ ਕਰਦੇ। ਤੁਸੀਂ ਬਣੇ ਰਹੋ ਜ਼ੀ ਪੰਜਾਬੀ ਨਾਲ, ਵੱਖ ਵੱਖ ਰਾਜਨੀਤਿਕ ਹਸਤੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਅਸੀਂ